ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਅੰਦਰ। ਅੱਜ ਦੀ ਇਸ ਵੀਡੀਓ ਦੇ ਅੰਦਰ ਅਸੀਂ ਅਧਿਆਏ 1 ਵਾਸਤਵਿਕ ਸੰਖਿਆਵਾਂ ਰੀਅਲ ਨੰਬਰਸ ਦੇ 1 ਮਾਰਕ ਕੁਐਸਚਨ ਕਰਾਂਗੇ, ਜੋ ਕਿ ਤੁਹਾਡੇ ਐਗਜ਼ਾਮ ਸੈਪਟੰਬਰ ਟੈਸਟ ਅਤੇ ਫਾਈਨਲ ਟੈਸਟ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨ ਹਨ। ਇਹਨਾਂ ਕੁਐਸਚਨਾਂ ਦੀ ਤਿਆਰੀ ਤੁਸੀਂ ਨੇ ਵਧੀਆ ਤਰੀਕੇ ਨਾਲ ਕਰ ਲੈਣੀ ਹੈ। ਤਾਂ ਇਸ ਦੇ ਅੰਦਰ ਅਸੀਂ ਦੇਖਦੇ ਹਾਂ ਪਹਿਲਾ ਕੁਐਸਚਨ ਕੀ ਹੈ। ਫਸਟ ਕੁਐਸਚਨ ਸਾਡਾ ਜੋ ਹੈ ਉਹ ਹੈ, ਦਿੱਤੇ ਗਏ ਗੁਣਖੰਡਾਂ ਵਿੱਚ ਅਗਿਆਤ ਅੰਕ ਪਤਾ ਕਰੋ। ਦਿੱਤੇ ਗਏ ਗੁਣਖੰਡਾਂ ਵਿੱਚ ਅਗਿਆਤ ਅੰਕ ਪਤਾ ਕਰੋ। ਪਹਿਲਾ ਕੀ ਸਾਡਾ 18, ਠੀਕ ਹੈ ਜੀ। ਅਤੇ 18 ਨੂੰ ਅਸੀਂ ਕੀਤਾ ਹੈ 3 ਦੇ ਨਾਲ ਡਿਵਾਈਡ ਕੀਤਾ ਹੈ, ਤਾਂ ਕਿੰਨਾ ਆ ਜਾਏਗਾ ਬੇਟੇ ਜੋ ਸਾਡਾ ਕੁਐਸਚਨ ਮਾਰ ਗਿਆ ਹੈ। ਇਸ ਦੀ ਜਗ੍ਹਾ 'ਤੇ ਸਾਡਾ ਕੀ ਆ ਜਾਏਗਾ 6, ਕਿੰਨਾ ਆ ਜਾਏਗਾ 6 ਹੈ ਕਿ ਦੇਖੋ 3 2 6 ਮੀਨਸ ਇਸਦਾ ਜੋ ਸਹੀ ਆਪਸ਼ਨ ਹੈ ਉਹ ਕੀ ਹੈ, ਆਪਸ਼ਨ ਬੀ। ਅੱਗੇ ਕੁਐਸਚਨ ਸੈਕਿੰਡ ਦੇਖਦੇ ਹਾਂ। ਸੈਕਿੰਡ ਸਾਡਾ ਕੁਐਸਚਨ ਕੀ ਹੈ, ਸੈਕਿੰਡ ਕੁਐਸਚਨ ਸਾਡਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਪਰਮੇਜ਼ ਹੈ। ਤਾਂ ਹੇਠ ਲਿਖਿਆਂ ਦੇ ਵਿੱਚੋਂ √3 ਇੱਕ ਅਪਰਮੇਜ਼ ਸੰਖਿਆ ਹੈ, 2√5 ਉਹ ਵੀ ਇੱਕ ਅਪਰਮੇਜ਼ ਸੰਖਿਆ ਹੈ, √11 ਉਹ ਵੀ ਇੱਕ ਅਪਰਮੇਜ਼ ਸੰਖਿਆ ਹੈ, ਅਤੇ ਬਚ ਗਿਆ ਹੈ ਸਿਰਫ 7 ਹੀ ਸਾਡਾ ਜੋ ਹੈ ਇੱਕ ਪਰਮੇਜ਼ ਸੰਖਿਆ ਹੈ। ਅੱਗੇ ਅਸੀਂ ਦੇਖਦੇ ਹਾਂ ਥਰਡ ਕੁਐਸਚਨ ਕੀ ਹੈ, ਇੱਕ ਅਭਾਜ ਸੰਖਿਆ ਦੇ ਕਿੰਨੇ ਗੁਣਨ ਖੰਡ ਹੋ ਸਕਦੇ ਹਨ। ਇੱਕ ਅਭਾਜ ਸੰਖਿਆ ਦੇ ਕਿੰਨੇ ਗੁਣਨ ਖੰਡ ਹੋ ਸਕਦੇ ਹਨ। ਤਾਂ ਪਿਆਰੇ ਬੱਚੋ, ਇਹ ਤੁਹਾਨੂੰ ਯਾਦ ਰੱਖਣਾ ਹੈ, ਅਭਾਜ ਸੰਖਿਆ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਅਭਾਜ ਸੰਖਿਆ ਉਹ ਹੈ ਜਿਸ ਦੇ ਵੱਧ ਤੋਂ ਵੱਧ ਦੋ ਗੁਣਨ ਖੰਡ ਹੋਣ, ਉਸ ਸੰਖਿਆ ਨੂੰ ਅਸੀਂ ਕੀ ਕਹਿੰਦੇ ਹਾਂ, ਅਭਾਜ ਸੰਖਿਆ। ਇਸ ਲਈ ਇਸਦਾ ਜੋ ਸਹੀ ਆਂਸਰ ਹੈ ਉਹ ਕੀ ਹੈ, 2। ਮੀਨਸ ਅਭਾਜ ਸੰਖਿਆ ਦੇ ਵੱਧ ਤੋਂ ਵੱਧ ਕਿੰਨੇ ਗੁਣਖੰਡ ਹੁੰਦੇ ਹਨ, 2। ਅੱਗੇ ਅਸੀਂ ਦੇਖਦੇ ਹਾਂ ਫੋਰਥ ਕੁਐਸਚਨ, 0 ਤੋਂ ਬਿਨਾਂ ਇੱਕ ਪਰਮੇਜ਼ ਅਤੇ ਇੱਕ ਅਪਰਮੇਜ਼ ਸੰਖਿਆ ਦਾ ਜੋੜ ਕਿਹੜੀ ਸੰਖਿਆ ਬਣੇਗਾ। ਪਰਮੇਜ਼ ਅਤੇ ਅਪਰਮੇਜ਼ ਸੰਖਿਆ ਦਾ ਜੋੜ ਹਮੇਸ਼ਾ ਅਪਰਮੇਜ਼ ਸੰਖਿਆ ਹੀ ਹੁੰਦਾ ਹੈ। ਪਰਮੇਜ਼ ਅਤੇ ਅਪਰਮੇਜ਼ ਸੰਖਿਆ ਦਾ ਜੋੜ ਹਮੇਸ਼ਾ ਅਪਰਮੇਜ਼ ਸੰਖਿਆ ਹੀ ਹੁੰਦਾ ਹੈ। ਅੱਗੇ ਅਸੀਂ ਦੇਖਦੇ ਹਾਂ ਫਿਫਥ ਕੁਐਸਚਨ ਕੀ ਹੈ, ਜੇ 65 ਅਤੇ 117 117 ਦਾ ਮੰਮਾ ਸੱਸਾ ਵਾਵਾ HCF 65M-117 ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਤਾਂ ਐੱਮ ਦਾ ਮੁੱਲ ਕੀ ਹੋਵੇਗਾ। ਦੇਖੋ 65 ਅਤੇ 117 ਦਾ ਜੋ HCF ਹੈ ਉਸਨੂੰ ਅਸੀਂ ਲਿਖ ਸਕਦੇ ਹਾਂ 65M-117, ਠੀਕ ਹੈ। ਮੀਨਸ ਇਹ ਇਹਨਾਂ ਦਾ ਕੀ ਹੋ ਜਾਏਗਾ, HCF ਦਾ। ਇਹਦੇ ਵਿੱਚੋਂ ਅਸੀਂ ਕੀ ਕਰਨਾ ਹੈ, ਇਹ ਜੋ ਐੱਮ ਹੈ ਇਸਦਾ ਅਸੀਂ ਨੇ ਮੁੱਲ ਪਤਾ ਕਰਨਾ ਹੈ, ਇਸਦੀ ਵੈਲਿਊ ਪਤਾ ਕਰਨੀ ਹੈ। ਤਾਂ ਪਿਆਰੇ ਵਿਦਿਆਰਥੀਓ, ਪਹਿਲਾਂ ਅਸੀਂ ਕੀ ਕਰਦੇ ਹਾਂ 65 ਅਤੇ 117 ਦਾ HCF ਪਤਾ ਕਰਾਂ। ਦੇਖਦੇ ਹਾਂ ਪਿਆਰੇ ਵਿਦਿਆਰਥੀਓ, ਅਸੀਂ 65 ਨੂੰ ਭਾਜ ਗੁਣਖੰਡਾਂ ਦੇ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ, 5×13 13×65। ਇਸੇ ਤਰ੍ਹਾਂ ਅਸੀਂ 117 ਦੇ ਭਾਜ ਗੁਣਖੰਡ ਬਣਾਉਂਦੇ ਹਾਂ, ਉਹ ਸਾਡੇ ਕੀ ਬਣ ਜਾਣਗੇ, 3×3×13 13×9=117। ਤਾਂ ਜੋ 9 ਹੈ 9 ਹੈ ਉਸਦੇ ਅੱਗੇ ਦੋ ਅਭਾਜ ਗੁਣਖੰਡ ਬਣ ਜਾਣਗੇ 3×3। ਤਾਂ ਦੇਖੋ ਇਸਦਾ ਜੋ HCF ਹੈ, HCF ਤੁਹਾਨੂੰ ਦੱਸਿਆ ਹੋਇਆ ਹੈ ਕਿ ਸਿਰਫ ਅਤੇ ਸਿਰਫ ਜਿਹੜੇ ਸਾਂਝੇ ਗੁਣਖੰਡ ਹੁੰਦੇ ਹਨ ਉਹੀ ਇਸਦੇ HCF ਹੁੰਦਾ ਹੈ, ਤਾਂ ਇਹਦਾ ਕੀ ਹੈ, 13। ਤਾਂ ਪਿਆਰੇ ਵਿਦਿਆਰਥੀਓ, ਮੀਨਸ ਜੋ ਸਾਡਾ 65M-117 ਉਹ ਬਰਾਬਰ ਹੋਏਗਾ 13 ਦੇ, ਠੀਕ ਹੈ ਜੀ। ਹੁਣ ਇਸ ਇਕੁਏਸ਼ਨ ਨੂੰ ਅਸੀਂ ਸੋਲਵ ਕਰ ਲਿਆ, 65M ਬਰਾਬਰ ਹੈ 13+117, 117 ਖੱਬੇ ਪਾਸੇ ਮਾਈਨਸ ਦਾ ਸੀ, ਸੱਜੇ ਪਾਸੇ ਆ ਕੇ ਕਿਸ ਦਾ ਹੋ ਗਿਆ ਹੈ, ਪਲੱਸ ਦਾ ਹੋ ਗਿਆ ਹੈ, ਤਾਂ 65M ਬਰਾਬਰ ਹੈ 130
एम बराबर है 130/65, ये कटिंग हो जाएगी एम। इसका मतलब है जो साडा एम होएगा वो कितना होएगा 2। तो एम का जो सही आंसर है वो कितना है 2। इसी तरह असीं अगला क्वेश्चन देखते हाँ। दो संख्यावां दा लल्ला सस्सा वावा अते मम्मा सस्सा वावा सानू दिते गए हैं क्रमवार। जो लल्ला सस्सा वावा है एलसीएम है वह है 182 अते जो मम्मा सस्सा वावा एचसीएफ है वह कितना है 13 है। जे इन्हां विचों एक संख्या, ठीक है जी, दो संख्यावां दा मम्मा सस्सा वावा ते लल्ला सस्सा वावा दिता गया है अते उन्हां विचों एक संख्या दिती गई है 26 तां दूजी संख्या असीं की है पता करनी है। प्यारे विद्यार्थियों ये सानू तीन चीज़ां दित्तियां गईआं हन, दो संख्यावां दा लल्ला सस्सा वावा दिता गया है, मम्मा सस्सा वावा दिता गया है अते एक संख्या सानू दिती गई है। तो प्यारे विद्यार्थियों असीं एक फॉर्मूला जानते हाँ, वह फॉर्मूला की है, वह फॉर्मूला है दो संख्यावां दा गुणनफल उन्हां ही संख्यावां दा लल्ला सस्सा वावा गुणा मम्मा सस्सा वावा हुंदा है। ये फार्मूला बहुत इंपॉर्टेंट है, इसके क्वेश्चन पेपर दे विच आउंदे हन। तां प्यारे विद्यार्थियों फार्मूला द्वारा देख लो, दो संख्यावां दा गुणनफल बराबर हुंदा है उन्हां ही दो संख्यावां दा मम्मा सस्सा वावा अते लल्ला सस्सा वावा। तां एक संख्या तां इहदे विचों दो संख्या विचों एक संख्या सानू 26 दित्ती गई है, दूसरी सानूं नहीं पता है, उह असीं एक्स मन लैंदे हां। लल्ला सस्सा वावा किन्ना है 182, मम्मा सस्सा वावा किन्ना है 13। एक्स असीं ने पता करना है, असीं 26 इस तरफ मल्टीप्लाई दा है, सो राइट हैंड साइड जाके सज्जे पासे जाके एक कदा हो जाएगा डिवाइड दा, हर दे विच लिखा जाएगा, इत्थे कटिंग हो जाएगी। देखो 13 1 13 13 2 26, अगे फिर इसकी कटिंग हो जाएगी 182/2, 2 1 2 91 2 82। साडा जो दूसरा जो नंबर है वो कितना होएगा 91 होएगा, 6 दा ए ऑप्शन सही है। अगे असीं देखते हाँ क्वेश्चन नंबर 7th, दो संख्यावां दा मम्मा सस्सा वावा अते लल्ला सस्सा वावा दा गुणनफल किस दे बराबर है। ये क्वेश्चन असीं हुणे करके हटे हाँ, इसका फॉर्मूला असीं वरत के हटे हाँ। तो दो संख्यावां दा मम्मा सस्सा वावा अते लल्ला सस्सा वावा किस दे बराबर हुंदा है, दो संख्यावां दा जोड़, बिल्कुल गलत, दो संख्यावां दी गुणा। तो इसका जो बी ऑप्शन है वह सही है, संख्यावां दी गुणा। अगे असीं देखते हाँ क्वेश्चन नंबर 8th, दो संख्यावां दो धनात्मक संपूर्ण संख्यावां दा मम्मा सस्सा वावा एक है ओ संख्यावां की होनियां, ओह संख्यावां की होनियां सहभाज होनियां, ओह संख्यावां की होनियां सहभाज होनियां। अगे असीं देखते हाँ 9th क्वेश्चन, जेकर एन एक प्राकृतिक संख्या है तो संख्या 6n किहड़े अंक दे नाल समाप्त होई। इस नूं असीं क्वेश्चन देख लैंदे हाँ किस तरीके नाल होएगा। देखो उन्हें कहा है कि 6n जो है ਕਿਹੜੇ ਅੰਕ ਨਾਲ ਸਮਾਪਤ ਹੋਏਗੀ। ਦੇਖੋ ਅਗਰ ਅਸੀਂ ਐਨ ਦੀ ਜਗ੍ਹਾ 'ਤੇ ਇੱਕ ਭਰਦੇ ਹਾਂ ਤਾਂ ਕਿੰਨਾ ਜਾਂਦਾ ਹੈ 6, ਅਤੇ ਅਗਰ ਅਸੀਂ ਐਨ ਦੀ ਜਗ੍ਹਾ 'ਤੇ 2 ਭਰਦੇ ਹਾਂ ਤਾਂ ਕਿੰਨਾ ਜਾਂਦਾ ਹੈ 36। ਅੱਗੇ ਅਸੀਂ ਜੇਕਰ 6 3 ਕਰ ਲੈਂਦੇ ਹਾਂ ਤਾਂ ਉਹ ਕਿੰਨਾ ਜਾਂਦਾ ਹੈ ਸਾਡਾ 216। ਅੱਗੇ ਪਿਆਰੇ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਅਸੀਂ ਐਨ ਦੀ ਜਗ੍ਹਾ 'ਤੇ ਵੱਖ ਵੱਖ ਨੰਬਰ ਭਰ ਕੇ ਦੇਖ ਲਏ ਹਨ, ਤਾਂ ਜੋ ਇਕਾਈ ਸਥਾਨ ਹੈ ਉਹ ਸਾਡਾ ਕਿੰਨਾ ਆ ਰਿਹਾ ਹੈ, ਉਹ ਸਾਡਾ 6 ਹੀ ਆ ਰਿਹਾ ਹੈ। ਤਾਂ ਇਸਦਾ ਜੋ ਸਹੀ ਆਂਸਰ ਹੈ ਉਹ ਹੈ ਡੀ, 9th ਦਾ ਜੋ ਸਹੀ ਆਂਸਰ ਹੈ ਉਹ ਕੀ ਹੈ ਡੀ 6। ਅੱਗੇ ਅਸੀਂ ਦੇਖਦੇ ਹਾਂ 10th ਕੁਸ਼ਚਨ, ਜੇਕਰ ਸੰਖਿਆਵਾਂ 96 ਅਤੇ 404 ਦਾ ਮੰਮਾ ਸੱਸਾ ਵਾਵਾ 4 ਹੈ ਤਾਂ ਸੰਖਿਆਵਾਂ ਦਾ ਲੱਲਾ ਸੱਸਾ ਵਾਵਾ ਕੀ ਹੋਵੇਗਾ। ਪਿਆਰੇ ਵਿਦਿਆਰਥੀਓ
ਇਹ ਕੁਐਸਚਨ ਮੈਂ ਤੁਹਾਡੇ ਲਈ ਛੱਡ ਰਿਹਾ ਹਾਂ, ਤੁਸੀਂ ਨੇ ਇਹ ਕੁਐਸਚਨ ਕਰ ਲੈਣਾ ਹੈ, ਕਿਉਂਕਿ ਇਸ ਤਰ੍ਹਾਂ ਦਾ ਕੁਐਸਚਨ ਅਸੀਂ 6th ਕੁਐਸਚਨ ਕਰ ਲਿਆ ਹੈ। ਇਹ ਕੁਐਸਚਨ ਨੂੰ ਤੁਸੀਂ ਖੁਦ ਟਰਾਈ ਕਰੋਗੇ ਅਤੇ ਇਸ ਦਾ ਸਹੀ ਆਨਸਰ ਤੁਸੀਂ ਮੈਸੇਜ ਕਰ ਦਿਓਗੇ ਕਮੈਂਟ ਬਾਕਸ ਦੇ ਵਿੱਚ। ਅੱਗੇ ਅਸੀਂ ਦੇਖਦੇ ਹਾਂ ਪਿਆਰੇ ਵਿਦਿਆਰਥੀਓ, ਇਹ ਜੋ ਐਮ ਸੀ ਕਿਊ ਸਨ 10 ਅਸੀਂ ਕਰ ਲਏ ਹਨ। ਅੱਗੇ ਅਸੀਂ ਦੇਖਦੇ ਹਾਂ ਕਿ ਟਰੂ ਐਂਡ ਫਾਲਸ ਹਨ, ਸਹੀ ਗਲਤ ਹਨ। ਇਸ ਦੇ ਅੰਦਰ ਅਸੀਂ ਪਹਿਲਾਂ ਦੇਖਦੇ ਹਾਂ ਟਰੂ ਫਾਲਸ ਕੀ ਹੈ। ਕਿਸੇ ਪ੍ਰਾਕਿਰਤਿਕ ਸੰਖਿਆ ਐਨ ਦੇ ਲਈ ਸੰਖਿਆ 4 ਦੀ ਘਾਤ ਐਨ 0 'ਤੇ ਸਮਾਪਤ ਹੋ ਸਕਦੀ ਹੈ। ਬਿਲਕੁਲ ਗਲਤ, 0 'ਤੇ ਕਦੇ ਵੀ ਸਮਾਪਤ ਨਹੀਂ ਹੋਏ। ਦੇਖੋ ਪਿਆਰੇ ਵਿਦਿਆਰਥੀਓ, ਅਗਰ ਅਸੀਂ 4 ਦੀ ਘਾਤ 1 ਕਰਦੇ ਹਾਂ ਤਾਂ 4 ਰਹਿੰਦਾ ਹੈ, 4 ਦੀ ਘਾਤ 2 ਕਰਦੇ ਹਾਂ ਤਾਂ 6 ਆ ਜਾਂਦਾ ਹੈ, 4 ਦੀ ਘਾਤ 3 ਕਰਦੇ ਹਾਂ ਤਾਂ 4 ਆ ਜਾਂਦਾ ਹੈ। ਮੀਨਸ ਅਸੀਂ ਕੋਈ ਵੀ ਪ੍ਰਾਕਿਰਤਿਕ ਸੰਖਿਆ ਨੂੰ 4 ਦੀ ਘਾਤ ਦੇ ਵਿੱਚ ਲਿਖ ਲਈਏ, ਕਦੇ ਵੀ ਇਸਦਾ ਜੋ ਇਕਾਈ ਅੰਕ ਹੈ ਉਹ 0 ਨਹੀਂ ਆਏਗਾ। ਇਸ ਲਈ ਪਹਿਲਾ ਕੁਐਸਚਨ ਕੀ ਹੈ, ਗਲਤ ਹੈ। ਸੈਕਿੰਡ ਕੁਐਸਚਨ ਦੇਖਦੇ ਹਾਂ, ਸੈਕਿੰਡ ਕੁਐਸਚਨ ਕੀ ਹੈ, 7√5 1 ਅਪਰਮੇਯ ਸੰਖਿਆ ਹੈ। ਬਿਲਕੁਲ, 7√5 1 ਅਪਰਮੇਯ ਸੰਖਿਆ ਹੁੰਦਾ ਹੈ, ਤਾਂ ਕੀ ਹੈ, ਸਹੀ ਹੈ। √3+5 1 ਪਰਮੇਯ ਸੰਖਿਆ ਹੈ। ਅਸੀਂ ਕੁਐਸਚਨ ਕੀਤਾ ਸੀਗਾ ਕੁਐਸਚਨ ਨੰਬਰ 4th ਕਿ ਇੱਕ ਪਰਮੇਯ ਸੰਖਿਆ ਅਤੇ ਇੱਕ ਅਪਰਮੇਯ ਸੰਖਿਆ ਦਾ ਜੋੜ ਹਮੇਸ਼ਾ ਇੱਕ ਅਪਰਮੇਯ ਸੰਖਿਆ ਹੈ। ਪਰ ਇਹ ਕੀ ਕਹਿ ਰਹੇ ਹਨ, ਇਹ ਕਹਿ ਰਹੇ ਹਨ ਕਿ ਪਰਮੇਯ ਹੈ ਜੋ ਕਿ ਗਲਤ ਹੈ। ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਬਿਲਕੁਲ ਦਰਸਾਇਆ ਜਾ ਸਕਦਾ ਹੈ। ਅਸੀਂ ਕੁਐਸਚਨ ਕੀਤੇ ਵੀ ਹਨ, ਇਹਨਾਂ ਦੇ ਅਭਾਜ ਗੁਣਖੰਡ ਬਣਾਏ ਵੀ ਹਨ, ਜਿਵੇਂ 65 ਜਾਂ 117 ਦਾ ਬਣਾਇਆ ਸੀਗਾ, ਤਾਂ ਉਹਨਾਂ ਨੂੰ ਅਸੀਂ ਅਭਾਜ ਗੁਣਖੰਡ ਦੇ ਰੂਪ ਵਿੱਚ ਲਿਖਿਆ ਸੀਗਾ, ਤਾਂ ਇਹ ਸਹੀ ਹੈ। ਕੁਐਸਚਨ ਨੰਬਰ 5th ਦੇਖਦੇ ਹਾਂ। ਪੀ ਇੱਕ ਭਾਜ ਸੰਖਿਆ ਹੈ, ਜੇਕਰ ਪੀ ਏ ਸਕੇਅਰ ਨੂੰ ਭਾਗ ਕਰਦੀ ਹੈ ਤਾਂ ਪੀ ਏ ਨੂੰ ਵੀ ਭਾਗ ਕਰੇਗੀ। ਇੱਥੇ ਇਹ ਇੱਕ ਧਨਾਤਮਕ ਸੰਪੂਰਨ ਸੰਖਿਆ ਹੈ। ਬਿਲਕੁਲ ਸਹੀ, ਜੇਕਰ ਪੀ ਏ ਸਕੇਅਰ ਨੂੰ ਭਾਗ ਕਰਦਾ ਹੈ, ਪੀ ਏ ਸਕੇਅਰ ਨੂੰ ਭਾਗ ਕਰਦਾ ਹੈ ਤਾਂ ਪੀ ਏ ਨੂੰ ਵੀ ਭਾਗ ਕਰਦਾ ਹੈ। ਤਾਂ ਦੇਖ ਲੈਂਦੇ ਹਾਂ ਅਸੀਂ ਇਹ ਕਿਸ ਤਰ੍ਹਾਂ ਕਹਿ ਰਹੇ। ਦੇਖੋ, ਅਗਰ ਦੋ 4 ਸਕੇਅਰ ਨੂੰ ਭਾਗ ਕਰਦਾ ਹੈ, ਅਗਰ ਦੋ 4 ਸਕੇਅਰ ਨੂੰ ਭਾਗ ਕਰਦਾ ਹੈ ਤਾਂ 2 4 ਨੂੰ ਵੀ ਭਾਗ ਕਰੇਗਾ। ਇਹ ਕਹਿ ਰਹੇ ਹਨ ਕਿ ਅਗਰ ਪੀ ਏ ਸਕੇਅਰ ਨੂੰ ਭਾਗ ਕਰਦਾ ਹੈ ਤਾਂ ਪੀ ਏ ਨੂੰ ਵੀ ਭਾਗ ਕਰੇਗਾ। ਤਾਂ ਇਹ ਜੋ ਸਹੀ ਹੈ ਫਿਫਥ ਕੁਐਸਚਨ ਹੈ, ਇਹ ਕੀ ਹੈ, ਬਿਲਕੁਲ ਸਹੀ ਹੈ। ਤਾਂ ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਅੰਦਰ ਅਸੀਂ ਵਾਸਤਵਿਕ ਸੰਖਿਆਵਾਂ ਅਧਿਆਏ 1 ਦੇ ਐਮ ਸੀ ਕਿਊਜ਼ ਅਤੇ ਟਰੂ ਫਾਲਸ ਕੀਤੇ ਹਨ। ਆਸ ਕਰਦੇ ਹਾਂ ਇਹ ਸਾਰੇ ਕੁਐਸਚਨ ਤੁਹਾਨੂੰ ਸਮਝ ਲੱਗ ਗਏ ਹਨ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਦੇਖੀਏ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹਨ। ਆਸ ਕਰਦੇ ਹਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਸਮਝੋਗੇ। ਅੱਜ ਦੀ ਵੀਡੀਓ ਵਿੱਚ ਅਸੀਂ ਇੰਨਾ ਹੀ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ, ਜਿਸ ਦੇ ਅੰਦਰ ਅਸੀਂ 2nd ਚੈਪਟਰ ਦੇ ਐਮ ਸੀ ਕਿਊਜ਼ ਅਤੇ ਟਰੂ ਫਾਲਸ ਕਰਾਂਗੇ। ਤਦ ਤੱਕ ਦੇ ਲਈ ਬਣੇ ਰਹੋ, ਧੰਨਵਾਦ।